ਅਜੀਤ ਵੈੱਬ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਜਸਵਿੰਦਰ ਸਿੰਘ ਸੰਧੂ ਇੰਚਾਰਜ ਅਜੀਤ ਸਬ ਆਫਿਸ ਫਿਰੋਜ਼ਪੁਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਅੱਜ ਸਾਡੇ ਨਾਲ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨਜ਼ਦੀਕੀ ਸਾਥੀ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਗਰੂਰ ਸਾਹਿਬ, ਜਿਨ੍ਹਾਂ ਨੇ ਲਗਾਤਾਰ ਚੌਥੀ ਵਾਰ ਹਲਕੇ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਆਓ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰੀਏ। ਰਾਣਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਤੁਸੀਂ ਆਪਣੀ ਇਸ ਜਿੱਤ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਤਾਂ ਇਹ ਕਹਿ ਸਕਦਾ ਕਿ ਲੋਕਾਂ ਨੇ ਬੜਾ ਇੱਜ਼ਤ ਮਾਣ ਬਖਸ਼ਿਆ, ਔਰ ਉਹਨਾਂ ਨੂੰ ਜਿੱਥੇ ਕਾਂਗਰਸ ਪਾਰਟੀ 'ਤੇ ਉਹਨਾਂ ਨੂੰ ਕੌਨਫੀਡੈਂਸ ਐਤਬਾਰ ਔਰ ਕੈਪਟਨ ਸਾਹਿਬ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਦਾ ਇੰਨਾ ਲੋਕਾਂ ਨੇ ਮਾਣ ਕੀਤਾ ਹੈ, ਉੱਥੇ ਨਾਲ ਨਾਲ ਜੋ ਮੈਂ ਪਿਛਲੇ 15 ਸਾਲ ਤੋਂ ਜਾਂ 20 ਸਾਲ ਤੋਂ ਉਹਨਾਂ ਦੇ ਵਿੱਚ ਜੁੜਿਆ ਹੋਇਆ ਸਾਰਾ ਪਰਿਵਾਰ, ਤਾਂ ਉਹਨਾਂ ਨੇ ਇੱਕ ਮੈਨੂੰ ਇਹ ਮੈਂ ਤਾਂ ਸੋਚਾਂਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਤੋਹਫਾ ਹੀ ਹੈ ਕਿ ਜਿਹੜਾ ਲੋਕਾਂ ਨੇ ਚੌਥੀ ਦਫਾ ਮੈਨੂੰ ਉਹਨਾਂ ਨੇ ਚੁਣ ਕੇ ਵਿਧਾਨ ਸਭਾ 'ਚ ਭੇਜਿਆ, ਔਰ ਉਹਨਾਂ ਨੇ ਮੇਰੇ ਪਰਿਵਾਰ ਦਾ ਔਰ ਮੇਰਾ ਬਹੁਤ ਸਤਿਕਾਰ ਕੀਤਾ। ਔਰ ਮੈਂ ਸੋਚਦਾ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਜਿੱਥੇ ਕਿ ਲੋਕ ਅਨਸਰਟਨਟੀ ਇੰਨੀ ਜ਼ਿਆਦਾ ਸੀ ਕਿ ਕੋਈ ਕਹਿ ਰਿਹਾ ਸੀ ਆਮ ਆਦਮੀ ਪਾਰਟੀ ਜਿੱਤ ਰਿਹਾ ਹੈ, ਅਕਾਲੀ ਦਲ ਕਹਿ ਰਹੇ ਸੀ ਅਸੀਂ 60-65 ਸੀਟਾਂ ਜਿੱਤ ਰਹੇ ਹਾਂ, ਔਰ ਐਸੇ ਹਾਲਾਤ ਦੇ ਵਿੱਚ ਚੌਥੀ ਦਫਾ ਇੱਕੋ ਹੀ ਵਿਧਾਨ ਸਭਾ 'ਚੋਂ ਜਿੱਤਣਾ, ਮੈਂ ਸੋਚਦਾ ਕਿ ਸੱਚੇ ਪਾਤਸ਼ਾਹ ਦੀ ਮਿਹਰ ਔਰ ਲੋਕਾਂ ਦਾ ਪਿਆਰ। ਤੁਸੀਂ ਵਿਧਾਇਕ ਚੁਣ ਕੇ ਵਿਧਾਨ ਸਭਾ ਚਲੇ ਗਏ, ਉੱਥੇ ਤੁਹਾਡਾ ਕੀ ਰੋਲ ਹੋਵੇਗਾ? ਬੜਾ ਮਨ 'ਚ ਹੈ ਕਿ ਜੀ ਜਿੱਥੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਕਾਂਗਰਸ ਪਾਰਟੀ ਦੇ, ਉੱਥੇ ਮੈਂ ਆਪਣੇ ਹਲਕਾ ਗੁਰੂ ਹਰ ਸਾਹਿਬ ਦੇ ਲੋਕਾਂ ਦੇ ਨਾਲ ਇਹਨਾਂ ਦੀ ਡਿਵੈਲਪਮੈਂਟ, ਇੱਥੋਂ ਦੇ ਹੈਲਥ ਸਿਸਟਮ, ਇੱਥੋਂ ਦੀ ਲੋਕਾਂ ਦੀ ਬੱਚਿਆਂ ਦੀ ਪੜ੍ਹਾਈ, ਔਰ ਖਾਸ ਤੌਰ 'ਤੇ ਕਿਉਂਕਿ ਬਾਰਡਰ ਏਰੀਆ ਹੈ ਇਹ ਨਸ਼ਾ ਮੁਕਤ, ਇਹਨੂੰ ਅਸੀਂ ਕਰਨਾ ਹੈ, ਔਰ ਜੋ ਕੈਪਟਨ ਸਾਹਿਬ ਦਾ ਵਾਅਦਾ ਵੀ ਹੈ, ਅਤੇ ਕਾਫੀ ਜਿਹੜੇ ਕੰਮ ਨੇ 10 ਸਾਲਾਂ 'ਚ ਅਕਾਲੀ ਦਲ ਦੇ ਇੱਥੇ ਹਲਕਾ ਇੰਚਾਰਜ ਜਿਹੜੇ ਸੀਗੇ ਉਹਨਾਂ ਨੇ ਲੋਕਾਂ ਦੇ ਵਿੱਚ ਬਹੁਤ ਨਿਰਾਸ਼ਾ ਪੈਦਾ ਕੀਤੀ ਹੈ, ਔਰ ਡਿਵੈਲਪਮੈਂਟ ਕੰਮ ਜਿਹੜੇ ਨੇ ਸਾਰੇ ਰੁਕੇ ਹੋਏ ਸੀਗੇ, ਇਸ ਕਰਕੇ ਜ਼ਿਆਦਾ ਮੇਰਾ ਧਿਆਨ ਜਿਹੜਾ ਹੈ ਇੱਥੋਂ ਦੇ ਹਲਕੇ ਦੇ ਡਿਵੈਲਪਮੈਂਟ ਦੀ ਹੋਏਗੀ, ਕਿਉਂਕਿ ਗੁਰੂ ਹਰ ਸਾਹਿਬ ਸਬ ਡਿਵੀਜ਼ਨ ਐਲਾਨਣ ਤੋਂ ਬਾਅਦ ਵੀ ਜਿਹੜੀਆਂ ਸਹੂਲਤਾਂ ਨੇ ਉਹ ਇੱਥੇ ਨਹੀਂ ਹੈਗੀਆਂ। ਸੋ ਉਹ ਸਾਰੀਆਂ ਸਹੂਲਤਾਂ ਅਸੀਂ ਪੈਦਾ ਕਰਾਂਗੇ, ਚਾਹੇ ਉਹ ਹੈਲਥ ਸਿਸਟਮ ਨੇ, ਹੋਸਪਿਟਲ 100-ਬੈੱਡ ਹੋਸਪਿਟਲ ਸਬ ਡਿਵੀਜ਼ਨ 'ਚ ਹੋਣਾ ਬੜਾ ਜ਼ਰੂਰੀ ਹੈ, ਔਰ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਸੂਇਜ ਸਿਸਟਮ ਜਿਹੜਾ ਹੈਗਾ, ਲਿੰਕ ਰੋਡ ਸਾਰੀਆਂ ਟੁੱਟ ਗਈਆਂ ਨੇ, ਸੋ ਇਹ ਸਾਰੇ ਕੰਮ ਅਸੀਂ ਕਰਾਂਗੇ। ਪੰਜਾਬ ਦੀ ਆਰਥਿਕ ਸਥਿਤੀ ਕਾਫੀ ਪਤਲੀ ਹੈ, 1.5-2 ਲੱਖ ਕਰੋੜ ਦਾ ਕਰਜ਼ਾ ਵੀ ਹੈ, ਇਹਦੀ ਇਸ ਸਥਿਤੀ 'ਚੋਂ ਕਿਵੇਂ ਗੁਜ਼ਰੋ? ਅਸੀਂ ਜੀ ਉਹਦੇ ਵਾਸਤੇ ਐਕਸਪਰਟਸ ਦਾ ਸਹਾਰਾ ਲੈ ਰਹੇ ਹਾਂ, ਔਰ ਕੈਪਟਨ ਸਾਹਿਬ ਜਲਦੀ ਬੰਬੇ ਜਾ ਰਹੇ ਨੇ, ਇਨਵੈਸਟਮੈਂਟ ਜਿਹੜੇ ਉੱਥੇ ਕਰਨ ਵਾਲੇ ਨੇ ਜਾਂ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਨਾਲ ਮੀਟਿੰਗ ਕਰਨ ਵਾਸਤੇ, ਸੋ ਅਸੀਂ ਜਿਹੜੇ ਐਕਸਪਰਟਸ ਨੇ, ਚਾਹੇ ਉਹ ਇਨਵੈਸਟਮੈਂਟ ਬੈਂਕਿੰਗ ਦੇ ਨੇ, ਚਾਹੇ ਉਹ ਮੌਜੂਦਾ ਬੈਂਕਿੰਗ ਦੇ ਚੇਅਰਮੈਨ ਨੇ, ਜਾਂ ਜਿਹੜੀਆਂ ਹੋਰ ਵੱਡੀਆਂ ਕੰਪਨੀਆਂ ਨੇ, ਅਡਾਨੀਜ਼ ਨੇ, ਅੰਬਾਨੀਜ਼ ਨੇ, ਗੋਦਰੇਜ ਹੈ, ਸੋ ਇਹਨਾਂ ਸਾਰਿਆਂ ਦੇ ਨਾਲ ਮੀਟਿੰਗਸ ਜਿਹੜੀਆਂ ਹੈਗੀਆਂ ਕੈਪਟਨ ਸਾਹਿਬ ਕਰਨਗੇ, ਔਰ ਉਹਨਾਂ ਨੂੰ ਕੌਨਫੀਡੈਂਸ ਦੇਣਾ ਪਏਗਾ, ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਟੋਟਲ ਖਤਮ ਹੋ ਗਈ, ਔਰ ਜਿਹੜੀ ਐਗਜ਼ਿਸਟਿੰਗ ਸੀਗੀ ਜਿਸ ਤਰ੍ਹਾਂ ਗੋਬਿੰਦਗੜ੍ਹ ਸੀਗੀ, ਸਟੀਲ ਇੰਡਸਟਰੀ ਸੀਗੀ, ਉਹ ਸਾਰੀ ਇਸ ਵੇਲੇ ਬੰਦ ਪਈ, ਸੋ ਸਾਨੂੰ ਲੋਕਾਂ ਨੂੰ ਇੱਕ ਕੌਨਫੀਡੈਂਸ ਦੇਣਾ ਪਏਗਾ, ਉਹਨਾਂ ਨੂੰ ਸਿੰਗਲ ਵਿੰਡੋ ਸਿਸਟਮ ਜਿਹੜੇ ਹੈਗੇ ਨੇ, ਲੈਂਡ ਜਿਹੜਾ ਬੈਂਕ ਹੈਗਾ ਸਾਨੂੰ ਉਹ ਕ੍ਰੀਏਟ ਕਰਨਾ ਪਏਗਾ, ਸੋ ਕਾਫੀ ਐਸੇ ਮੁੱਦੇ ਨੇ ਜਿਨ੍ਹਾਂ 'ਤੇ ਅਸੀਂ ਸਟੱਡੀ ਕਰ ਰਹੇ ਹਾਂ, ਔਰ ਜਿਹੜੇ ਇਹੋ ਜਿਹੇ ਸੁਝਾਓ ਜਿਹੜੇ ਸੀਨੀਅਰ ਅਤੇ ਤਜਰਬੇਕਾਰ ਇੰਡਸਟਰੀਲਿਸਟ ਨੇ, ਸਨਅਤਕਾਰ ਨੇ, ਅਸੀਂ ਉਹਨਾਂ ਕੋਲੋਂ ਵੀ ਲੈ ਰਹੇ ਹਾਂ। ਪੰਜਾਬ ਅੰਦਰ ਜਿੱਦਾਂ ਆਪਾਂ ਦੇਖਦੇ ਹਾਂ ਵੀ ਨਸ਼ੇ ਆ, ਹੋਰ ਕ੍ਰੀਤੀਆਂ, ਉਹਨਾਂ ਦੇ ਖਾਤਮੇ ਲਈ ਕਾਂਗਰਸ ਸਰਕਾਰ ਕੈਪਟਨ ਸਾਹਿਬ ਨੇ ਬੜਾ ਹਉਮੈ ਕੀਤਾ ਸੀ, ਹੁਣ VAP ਕਲਚਰ ਵੀ ਖਤਮ ਕਰਤਾ, ਇੱਦਾਂ ਦੇ ਹੋਰ ਕਿਹੜੇ ਮੁੱਖ ਮੁੱਦੇ ਆ ਜਿਹੜੇ ਤੁਸੀਂ ਲਿਆ ਰਹੇ ਹੋ? ਦੇਖੋ, ਸਭ ਤੋਂ ਵੱਡਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਔਰ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਲਾ ਨਸ਼ਾ ਸੀ। ਤੁਸੀਂ ਦੇਖਦੇ ਹੋਵੋਗੇ ਕਿ 500 ਤੋਂ ਉੱਤੇ ਜਿਹੜੀ ਸਪੈਸ਼ਲ ਟਾਸਕ ਫੋਰਸ ਬਣੀ ਹੈਗੀ ਹੈ, ਉਹਨਾਂ ਨੇ 500 ਤੋਂ ਉੱਤੇ ਬੰਦੇ ਜਿਹੜੇ ਨੇ ਅਰੈਸਟ ਵੀ ਕਰ ਲਏ ਜਿਹੜੇ ਇਸ ਧੰਦੇ ਦੇ ਨਾਲ ਸੰਬੰਧਿਤ ਸੀਗੇ, ਔਰ ਅਗਾਂਹ ਹੋਰ ਵੀ ਇੱਦੋਂ ਵੀ ਜ਼ਿਆਦਾ ਸਖਤੀ ਹੋ ਰਹੀ ਹੈ। ਅੱਜ ਵੀ ਮੇਰਾ ਖਿਆਲ 15-16 ਕਿਲੋ ਜਿਹੜੀ ਹੈਰੋਇਨ ਜਿਹੜੀ ਹੈਗੀ ਹੈ ਪਕੜੀ ਗਈ ਹੈ, ਔਰ ਕੈਪਟਨ ਸਾਹਿਬ ਦੀ ਇੱਕੋ ਹੀ ਜਿਹੜਾ ਮੇਨ ਜਿਹੜੀ ਸਾਡੀ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਤਾਂ ਬਹੁਤ ਸਾਰੇ ਪੁਆਇੰਟ, ਪਰ ਮੇਨ ਇੱਕੋ ਹੀ ਪੁਆਇੰਟ ਹੈਗਾ ਕਿ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਉਹਨੂੰ ਠੀਕ ਕਰਨਾ, ਔਰ ਪੰਜਾਬ ਦੀ ਕਿਸਾਨੀ ਨੂੰ ਔਰ ਜਵਾਨੀ ਨੂੰ ਖੁਸ਼ਹਾਲ ਕਰਨਾ, ਇਹ ਸਾਡਾ ਟੀਚਾ ਰਹੇ।
ਗੁਰੂ ਸਾਹਿਬ ਹਲਕੇ ਤੋਂ ਤੁਸੀਂ 15-20 ਸਾਲ ਤੋਂ ਸੇਵਾ ਕਰਦੇ ਆ ਰਹੇ ਹੋ, 10 ਸਾਲਾਂ ਤੋਂ ਉਹ 'ਚ ਅਕਾਲੀ ਭਾਜਪਾ ਸਰਕਾਰ ਰਹੀ ਹੈ, ਉਹਦੇ ਸਮੇਂ ਕਿਹੜੀਆਂ ਕਿਹੜੀਆਂ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਗਈਆਂ ਜਿਹੜੀਆਂ ਤੁਸੀਂ ਹੁਣ ਮੁੱਖ ਤੌਰ 'ਤੇ ਪਹਿਲ ਦੇ ਦਰ 'ਤੇ ਹੱਲ ਕਰੋਗੇ? ਦੇਖੋ, ਇੱਕ ਤਾਂ 10 ਸਾਲਾਂ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਹੋ ਗਈ ਸੀ, ਨਸ਼ੇ ਬਹੁਤ ਜ਼ਿਆਦਾ ਹੋ ਗਏ ਸੀ, ਔਰ ਜਿਹੜੇ ਬੈਡ ਔਰ ਗੁੰਡਾ ਐਲੀਮੈਂਟ ਸੀਗੇ ਉਹਨਾਂ ਨੂੰ ਇਹ ਸ਼ਹਿ ਦਿੰਦੇ ਸੀਗੇ ਜਿਹੜੇ ਅਕਾਲੀ ਹਲਕਾ ਇੰਚਾਰਜ ਸੀਗੇ, ਉਹਨਾਂ 'ਤੇ ਕੰਟਰੋਲ ਕੀਤਾ ਜਾਏਗਾ, ਡਿਵੈਲਪਮੈਂਟ ਬਿਲਕੁਲ ਜ਼ੀਰੋ ਹੈ। ਅੱਜ ਤੁਹਾਨੂੰ ਜੇ ਮੈਂ ਆਪਣੇ ਹਲਕੇ 'ਚ ਲੈ ਕੇ ਜਾਵਾਂ ਤਾਂ ਮੈਂ ਤੁਹਾਨੂੰ ਲਿੰਕ ਰੋਡਸ 'ਤੇ ਲੈ ਕੇ ਜਾਵਾਂ, ਤੁਸੀਂ ਸੋਚੋਗੇ ਕਿ ਇਹ ਪੰਜਾਬ ਜਿਹੜਾ ਹੈ 1947 ਵਾਲੀ ਸਿਚੁਏਸ਼ਨ ਹੋਈ ਪਈ ਹੈ। ਸੋ ਇਸ ਕਰਕੇ ਬਹੁਤ ਬੁਰਾ ਹਾਲ ਹੈ, ਲੋਕਾਂ ਦੇ ਕੋਲ ਇਲਾਜ ਵਾਸਤੇ ਪੈਸਾ ਨਹੀਂ ਹੈ, ਹੋਸਪਿਟਲਸ ਨਹੀਂ ਹੈ, ਟੀਚਰ ਸਕੂਲਾਂ 'ਚ ਨਹੀਂ ਹੈ, ਇਨਫਰਾਸਟ੍ਰਕਚਰ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਜੋ 10 ਸਾਲ 'ਚ ਇਹਨਾਂ ਨੇ ਸਾਨੂੰ ਪਿੱਛੇ ਪੁਸ਼ ਕੀਤਾ, ਔਰ ਪੰਜਾਬ ਇੱਕ ਸਮੇਂ 'ਤੇ ਪਹਿਲੀ ਨੰਬਰ ਦੀ ਸਟੇਟ ਹੋਣ ਦੇ ਨਾਤੇ ਨਾ ਅੱਜ ਅਸੀਂ 19ਵੇਂ ਨੰਬਰ 'ਤੇ ਹਾਂ। ਸੋ ਅਸੀਂ ਆਰਥਿਕ ਸਥਿਤੀ ਵੀ ਇਹਦੀ ਇੰਪਰੂਵ ਕਰਾਂਗੇ, ਔਰ ਲੋਕਾਂ ਦੀ ਜਿਹੜੀ ਰਹਿਣ ਸਹਿਣੀ ਜਿਹੜੀ ਹੈ ਔਰ ਉਹਨਾਂ ਦੀ ਜਾਨ ਅਤੇ ਮਾਲ ਦੀ ਹਿਫਾਜ਼ਤ ਕਰਨੀ ਬੜੀ ਜ਼ਰੂਰੀ। ਤੁਸੀਂ ਲੋਕਾਂ ਦੀਆਂ ਆਸਾਂ 'ਤੇ ਖਰਾ ਉਤਰਨ ਲਈ ਅਤੇ ਆਪਣੇ ਵਿਕਾਸਮੁਖੀ ਸੁਪਨੇ ਪੂਰੇ ਕਰਨ ਲਈ ਹਲਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਅੱਜ ਸਾਨੂੰ ਸਰਕਾਰ ਬਣਾਏ, ਅੱਜ ਮਹੀਨਾ ਵੀ ਨਹੀਂ ਹਾਲੇ ਹੋਇਆ ਹੈਗਾ, 20-22 ਦਿਨ ਹੋਏ ਨੇ। ਮੈਂ ਉਹਨਾਂ ਨੂੰ ਕਹੂੰਗਾ ਕਿ ਥੋੜ੍ਹਾ ਜਿਹਾ ਧੀਰਜ ਦੇ ਨਾਲ ਪੇਸ਼ੈਂਸ ਰੱਖਣਾ ਪਏਗਾ, ਔਰ ਜਿਹੜੀਆਂ ਚੀਜ਼ਾਂ ਵੀ ਅਸੀਂ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ, ਔਰ ਉਹਨਾਂ ਦੇ ਵਾਸਤੇ ਸਾਨੂੰ ਇਹਨਾਂ ਦਾ ਸਹਿਯੋਗ ਚਾਹੀਦਾ ਹੈ। ਕਰਪਸ਼ਨ ਔਰ ਬੈਡ ਐਲੀਮੈਂਟਸ ਜਿੱਥੇ ਵੀ ਇਹਨਾਂ ਲੋਕਾਂ ਨੂੰ ਸਾਡੇ ਇਸ ਪੰਜਾਬ ਦੇ ਲੋਕਾਂ ਨੂੰ ਕੋਈ ਐਸੀ ਚੀਜ਼ ਨਜ਼ਰ ਆਵੇ ਉਹ ਸਾਡੇ ਕੋਲ ਆਉਣ, ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ, ਉਹ ਮੁੱਖ ਮੰਤਰੀ ਜੀ ਨੂੰ ਸਿੱਧਾ ਲਿਖਣ, ਉੱਥੋਂ ਦੇ ਹਲਕੇ ਦੇ MLA ਨੂੰ ਲਿਖਣ, ਆ ਕੇ ਮਿਲਣ, ਡੈਲੀਗੇਸ਼ਨ ਮਿਲੇ, ਔਰ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਦੇ ਵਾਸਤੇ ਖਾਸ ਤੌਰ 'ਤੇ ਜੋ ਅਸੀਂ ਨੌਕਰੀਆਂ ਦੀ ਮੁਹਿੰਮ ਔਰ ਜਿਹੜਾ ਉਹਨਾਂ ਨੂੰ ਬੇਰੁਜ਼ਗਾਰ ਭੱਤਾ ਹੈ ਉਹ ਜਲਦ ਦੇਣਾ ਸ਼ੁਰੂ ਕਰ ਦਿਆਂਗੇ। ਅਸੀਂ ਰਾਣਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ। ਸਾਨੂੰ ਉਮੀਦ ਹੀ ਨਹੀਂ, ਪੂਰੀਆਂ ਆਸਾਂ ਵੀ ਹਨ ਕਿ ਰਾਣਾ ਸਾਹਿਬ ਲੋਕਾਂ ਦੀਆਂ ਆਸਾਂ 'ਤੇ ਪੂਰਾ ਉਤਰਨਗੇ। ਧੰਨਵਾਦ।